ओम नमः शिवाय। श्री शिव पुराण अध्याय 22। ब्रह्मा जी कहन लगे, हे नारद, जद असी दक्ष प्रजापति दा अभिषेक करके उसनु सारे प्रजापति देव हक दित्ते तां ओह हंकार नाल भर गया, जिस दे कारण उसकी बुद्धि भ्रष्ट हो गई। उस वेले दक्ष ने सब ज्ञान इकट्ठा करके प्रजापति यज्ञ करन दी इच्छा प्रगट कीती। ਇਹੀ ਇੱਛਾ ਲੈ ਕੇ ਉਹ ਕਨਖਲ ਤੀਰਥ ਗਿਆ। ਉੱਥੇ ਉਸਨੇ ਸਭ ਮੁਨੀਆਂ ਨੂੰ ਦੱਸਿਆ, ਵਿਆਸ, ਕੁਕੁਭ, ਗੌਤਮ, ਭਾਰਦਵਾਜ, ਕਸ਼ਯਪ, ਅੰਗੀਰਾ, ਵਸ਼ਿਸ਼ਠ, ਵਾਮਦੇਵ, ਜ਼ਮੀਨੀ, ਪਿੱਪਲ, ਪਰਾਸ਼ਰ, ਭ੍ਰਿਗੂ, ਕਪੀਚੀ, ਨਾਰਦ ਆਦਿ ਨੂੰ ਬੁਲਾਇਆ। ਇਹਨਾਂ ਦੇ ਇਲਾਵਾ ਸੰਸਾਰ ਭਰ ਦੇ ਸਭ ਦੇਵਤੇ ਅਤੇ ਬ੍ਰਾਹਮਣ ਆ ਕੇ ਉੱਥੇ ਇਕੱਠੇ ਹੋਏ ਸਨ। ਅਗਨੀ ਵੀ ਆਪਣੇ ਗਣਾਂ ਨਾਲ ਯੱਗ ਵਿੱਚ ਪੁੱਜੇ। ਬਾਕੀ ਦੇਵਤਾ ਵੀ ਉਹਨਾਂ ਦੇ ਸੱਦੇ 'ਤੇ ਵਿਸ਼ਨੂੰ ਨਾਲ ਖੁਸ਼ੀ ਨਾਲ ਯੱਗ ਵਿੱਚ ਭਾਗ ਲੈਣ ਆਏ। ਦੇਵਰਾਜ ਇੰਦਰ ਆਪਣੀ ਪਤਨੀ ਸ਼ਸ਼ੀ ਨਾਲ ਐਰਾਵਤ 'ਤੇ ਚੜ੍ਹ ਕੇ ਉੱਥੇ ਪਹੁੰਚੇ। ਪਾਵਕ ਬੱਦਲ ਦੇ ਯਮ, ਮੱਝ ਅਤੇ ਵਾਯੂ, ਹਿਰਨ ਅਤੇ ਸ਼ਿਵ ਦੇ ਮਿੱਤਰ ਕੁਬੇਰ ਫੁੱਲਾਂ ਵਾਲੇ ਵਿਮਾਨ 'ਤੇ ਚੜ੍ਹ ਕੇ ਉੱਥੇ ਆਏ। ਵਰੁਣ ਵੀ ਆਪਣੇ ਵਾਹਨ ਆਰੂੜ ਦੇ ਯਸ਼ਾਲਾ ਪਹੁੰਚੇ। ਸੂਰਯ ਵੀ ਆਪਣੀ ਪਤਨੀ ਨਾਲ ਅਤੇ ਚੰਦਰਮਾ ਆਪਣੀ ਪਤਨੀ ਰੋਹਿਣੀ ਨਾਲ ਪਹੁੰਚੇ। ਦਕਸ਼ ਸਭ ਨੂੰ ਉੱਥੇ ਪੁੱਜੇ ਦੇਖ ਕੇ ਬਹੁਤ ਖੁਸ਼ ਹੋਏ। ਉਹਨਾਂ ਨੇ ਸਭ ਦਾ ਆਦਰ ਸਤਿਕਾਰ ਕੀਤਾ ਅਤੇ ਸਭ ਦੇ ਰਹਿਣ ਲਈ ਵਿਸ਼ਵਕਰਮਾ ਦੁਆਰਾ ਬਣਾਏ ਹੋਏ ਮੰਦਰ ਦੱਸ ਦਿੱਤੇ, ਜਿਸ ਵਿੱਚ ਸਭ ਚਲੇ ਗਏ। ਉਸ ਵੇਲੇ ਸਤੀ ਜੀ ਗੰਧਮਾਦਨ ਪਰਬਤ 'ਤੇ ਆਪਣੀ ਸਹੇਲੀਆਂ ਨਾਲ ਖੇਡਾਂ ਕਰ ਰਹੀ ਸੀ। ਉਹਨਾਂ ਨੇ ਦੇਖਿਆ ਕਿ ਚੰਦਰਮਾ ਆਪਣੀ ਪਤਨੀ ਨਾਲ ਚੱਲਿਆ ਜਾ ਰਿਹਾ ਹੈ। ਸਤੀ ਨੇ ਵਿਜਯਾ ਨਾਂ ਦੀ ਸਹੇਲੀ ਨੂੰ ਹੁਕਮ ਦਿੱਤਾ ਕਿ ਤੁਸੀਂ ਚੰਦਰਮਾ ਨੂੰ ਜਾ ਕੇ ਪੁੱਛੋ ਕਿ ਉਹ ਕਿੱਥੇ ਜਾ ਰਿਹਾ ਹੈ। ਸਹੇਲੀ ਨੇ ਹੁਕਮ ਅਨੁਸਾਰ ਚੰਦਰਮਾ ਨੂੰ ਜਾ ਕੇ ਪੁੱਛਿਆ ਕਿ ਸਤੀ ਪੁੱਛਦੀ ਹੈ ਕਿ ਤੁਸੀਂ ਆਪਣੀ ਪਤਨੀ ਨਾਲ ਕਿਸ ਤਰ੍ਹਾਂ ਠਾਠ ਨਾਲ ਕਿੱਥੇ ਜਾ ਰਹੇ ਹੋ। ਇਹ ਗੱਲ ਸੁਣ ਕੇ ਰੋਹਿਣੀ ਨੇ ਕਿਹਾ ਕਿ ਸਤੀ ਦੇ ਪਿਤਾ ਦਕਸ਼ ਪ੍ਰਜਾਪਤੀ ਨੇ ਕਨਖਲ ਵਿੱਚ ਇੱਕ ਯੱਗ ਦੀ ਤਿਆਰੀ ਕੀਤੀ ਹੈ। ਉੱਥੇ ਬਹੁਤ ਵੱਡਾ ਤਿਉਹਾਰ ਹੈ। ਉਹਨਾਂ ਦੇ ਬੁਲਾਵੇ ਸੱਦੇ 'ਤੇ ਸਭ ਦੇਵਤਾ ਉੱਥੇ ਗਏ ਹਨ। ਬ੍ਰਹਮਾ ਅਤੇ ਵਿਸ਼ਨੂੰ ਵੀ ਉੱਥੇ ਗਏ ਹਨ। ਤੁਸੀਂ ਤਾਂ ਇਸ ਤਰ੍ਹਾਂ ਪੁੱਛਦੇ ਹੋ ਜਿਵੇਂ ਕੋਈ ਮੂਰਖ ਹਾਸੇ ਨਾਲ ਪੁੱਛੇ। ਇਸ ਦਾ ਕੀ ਕਾਰਨ ਹੈ? ਕੀ ਤੁਹਾਨੂੰ ਇਸ ਯੱਗ ਦੇ ਵਿਸ਼ੇ ਵਿੱਚ ਕੁਝ ਵੀ ਪਤਾ ਨਹੀਂ ਹੈ? ਵਿਜਯਾ ਇਹ ਸੁਣ ਕੇ ਪਰਤ ਆਈ ਅਤੇ ਰੋਹਿਣੀ ਦੁਆਰਾ ਕਹੇ ਸ਼ਬਦ ਸਤੀ ਨੂੰ ਕਹਿ ਸੁਣਾਏ। ਇਸ ਤਰ੍ਹਾਂ ਖਬਰ ਨੂੰ ਸੁਣ ਕੇ ਸਤੀ ਜੀ ਨੂੰ ਬਹੁਤ ਦੁੱਖ ਹੋਇਆ। ਉਹ ਮਨ ਵਿੱਚ ਸੋਚਣ ਲੱਗੀ ਕਿ ਮਾਤਾ ਪਿਤਾ ਨੇ ਮੈਨੂੰ ਭੁਲਾ ਦਿੱਤਾ ਹੈ, ਜੋ ਮੈਨੂੰ ਅਤੇ ਸ਼ਿਵ ਨੂੰ ਉਹਨਾਂ ਨੇ ਨਹੀਂ ਸੱਦਿਆ। ਅਜਿਹਾ ਸੋਚ ਕੇ ਸਤੀ ਉਸ ਵੇਲੇ ਸ਼ਿਵ ਜੀ ਕੋਲ ਗਈ। ਉੱਧਰ ਚੰਦਰਮਾ ਵੀ ਆਪਣੀ ਇਸਤਰੀ ਰੋਹਿਣੀ ਨਾਲ ਦਕਸ਼ ਕੋਲ ਗਿਆ। ਹੇ ਨਾਰਦ, ਦਕਸ਼ ਨੇ ਯੱਗ ਦੀ ਸਜਾਵਟ ਅਤੇ ਉਸ ਵੇਲੇ ਦੀ ਖੁਸ਼ੀ ਜੋ ਉਸ ਯੱਗ ਵਿੱਚ ਮਨਾਈ ਜਾ ਰਹੀ ਸੀ ਵਰਣਨ ਨਹੀਂ ਕੀਤਾ ਜਾ ਸਕਦਾ। ਜਦ ਸਭ ਮੁਨੀ ਅਤੇ ਦੇਵਤਾ ਕਨਖਲ ਵਿੱਚ, ਜੋ ਕਿ ਹਰਿਦੁਆਰ ਵਿੱਚ ਹੈ, ਆ ਗਏ, ਤਦ ਦਕਸ਼ ਨੇ ਆਪਣਾ ਯੱਗ ਸ਼ੁਰੂ ਕੀਤਾ। ਦਕਸ਼ ਆਪਣੀ ਪਤਨੀ ਨਾਲ ਯੱਗ ਵਿੱਚ ਆਇਆ। ਭ੍ਰਿਗੂ ਮੁਨੀ ਨੂੰ ਯੱਗ ਕਰਾਉਣ ਲਈ ਵਾਲਾ ਗੁਰੂ ਬਣਾਇਆ ਗਿਆ। ਦਕਸ਼ ਨੇ ਉਸ ਯੱਗ ਵਿੱਚ ਸਭ ਨੂੰ ਆਇਆ ਦੇਖ ਸ਼ਿਵ ਨਾਲ ਦੁਸ਼ਮਣੀ ਮੰਨ ਲਈ। ਉਸ ਵੇਲੇ ਮੇਰੇ ਪੁੱਤਰ ਦਤੀਚੀ ਨੇ ਸਦਾ ਸ਼ਿਵ ਨੂੰ ਯੱਗਸ਼ਾਲਾ ਵਿੱਚ ਨਾ ਦੇਖ ਹੈਰਾਨੀ ਨਾਲ ਕਿਹਾ,
ਇਸ ਮੌਕੇ ਤੇ ਸਭ ਦੇਵਤੇ, ਮੁਨੀ ਅਤੇ ਬ੍ਰਹਮਾ ਦੇ ਪੁੱਤਰ ਆਦਿ ਆਏ ਹਨ। ਪਰ ਫਿਰ ਵੀ ਮੈਂ ਜ਼ਰੂਰ ਕਹਾਂਗਾ ਕਿ ਇਹ ਸਭਾ ਸਦਾ ਸ਼ਿਵ ਤੋਂ ਬਿਨਾਂ ਸ਼ੋਭਿਤ ਨਹੀਂ ਹੈ। ਉਹ ਸ਼ੁਭ ਕਰਮਾਂ ਦੇ ਮੂਲ ਹਨ। ਉਹ ਸਭ ਦੇਵਤਾਵਾਂ ਦੇ ਸਵਾਮੀ ਹਨ। ਕੀ ਕਾਰਨ ਹੈ ਕਿ ਉਹ ਇੱਥੇ ਨਹੀਂ ਹਨ? ਤੁਸੀਂ ਲੋਕ ਸ਼ਿਵ ਨੂੰ ਕਿਉਂ ਭੁੱਲ ਗਏ? ਹੇ ਦਕਸ਼, ਤੇਰੀ ਬੁੱਧੀ ਕਿਸ ਤਰ੍ਹਾਂ ਕਿਉਂ ਫਿਰ ਗਈ? ਹੁਣ ਵੀ ਕੁਝ ਨਹੀਂ ਵਿਗੜਿਆ। ਤੁਸੀਂ ਸਭ ਦੇਵਤਾਵਾਂ, ਮੁਨੀਆਂ ਅਤੇ ਬ੍ਰਾਹਮਣਾਂ ਅਤੇ ਵਿਸ਼ਨੂੰ ਨੂੰ ਨਾਲ ਲੈ ਕੇ ਸ਼ਿਵ ਨੂੰ ਖੁਸ਼ ਕਰਕੇ ਇੱਥੇ ਲੈ ਆਓ। ਨਾਲ ਹੀ ਸਤੀ ਜੀ ਨੂੰ ਵੀ ਖੁਸ਼ ਕਰਕੇ ਇੱਥੇ ਲੈ ਆਓ। ਇਹ ਜ਼ਰੂਰ ਸਮਝ ਲਓ ਕਿ ਬਿਨਾਂ ਸ਼ਿਵ ਦੇ ਇੱਥੇ ਆਏ ਇਹ ਯੱਗ ਪੂਰਾ ਨਹੀਂ ਹੋਵੇਗਾ। ਹੈਰਾਨੀ ਹੈ ਅਜਿਹੇ ਦੇਵਤੇ ਨੂੰ ਜਿਸ ਦੀ ਭਗਤੀ ਕਰਨ ਅਤੇ ਨਾਂ ਜਪਣ ਨਾਲ ਸਭ ਕੰਮ ਸਿੱਧ ਹੁੰਦੇ ਹਨ। ਤੁਸੀਂ ਲੋਕ ਕਿਉਂ ਭੁੱਲ ਗਏ ਅਤੇ ਉਹਨਾਂ ਨੂੰ ਇੱਥੇ ਕਿਉਂ ਨਹੀਂ ਸੱਦਿਆ? ਮੈਂ ਫਿਰ ਕਹਿੰਦਾ ਹਾਂ ਕਿ ਜਦ ਤੱਕ ਸ਼ਿਵ ਇੱਥੇ ਨਹੀਂ ਆਉਣਗੇ ਯੱਗ ਪੂਰਾ ਨਹੀਂ ਹੋਵੇਗਾ। ਦਤੀਚੀ ਨੇ ਇਹ ਵਚਨ ਕਥਨ ਸੁਣ ਕੇ ਦਕਸ਼ ਬਹੁਤ ਹੀ ਗੁੱਸੇ ਹੋਇਆ ਅਤੇ ਹੱਸ ਕੇ ਕਹਿਣ ਲੱਗਾ, ਹੇ ਦਤੀਚੀ, ਇੱਥੇ ਸਭ ਦੇਵਤਾਵਾਂ ਦੇ ਸਵਾਮੀ ਬੈਠੇ ਹਨ। ਸਭ ਧਰਮ, ਵੇਦ ਅਤੇ ਸ਼ੁਭ ਕੰਮ ਪੂਰੀ ਤਰ੍ਹਾਂ ਮੌਜੂਦ ਹਨ। ਸਭ ਦੇ ਸਵਾਮੀ ਵਿਸ਼ਨੂੰ ਵੀ ਸਾਡੇ ਇਸ ਯੱਗ ਵਿੱਚ ਹਨ। ਹੁਣ ਕੀ ਬਾਕੀ ਰਹਿ ਗਿਆ ਹੈ? ਹੁਣ ਉਹ ਮੈਨੂੰ ਦੱਸ ਦਿਓ, ਮੇਰੇ ਇਸ ਯੱਗ ਵਿੱਚ ਬ੍ਰਹਮਾ, ਵੇਦ, ਧਰਮ ਸ਼ਾਸਤਰ, ਪੁਰਾਣ ਅਤੇ ਉਪਨਿਸ਼ਦ ਵੀ ਆਪਣੇ ਆਪਣੇ ਗੁਣਾਂ ਨਾਲ ਆ ਚੁੱਕੇ ਹਨ। ਮੇਰੀ ਇਹ ਖੁਸ਼ਕਿਸਮਤੀ ਹੈ ਕਿ ਇਹਨਾਂ ਸਭ ਨੇ ਮੇਰੇ ਦੇ ਬਹੁਤ ਕਿਰਪਾ ਕੀਤੀ ਹੈ। ਅੱਜ ਮੇਰੇ ਘਰ ਇੰਦਰ ਸਭ ਦੇਵਤਾਵਾਂ ਨਾਲ, ਵਿਸ਼ਨੂੰ ਭਗਵਾਨ ਅਤੇ ਤੁਹਾਡੇ ਵਰਗੇ ਕਈ ਮੁਨੀ ਮੌਜੂਦ ਹਨ। ਹੁਣ ਫਿਰ ਸ਼ਿਵ ਦੇ ਆਉਣ ਦੀ ਕੀ ਲੋੜ ਹੈ? ਤੁਸੀਂ ਸਭ ਮਿਲ ਕੇ ਯੱਗ ਪੂਰਾ ਕਰੋ। ਮੈਂ ਆਪਣੀ ਕਿਸਮਤ ਨਾਲ ਅਤੇ ਬ੍ਰਹਮਾ ਦੀ ਆਗਿਆ ਮੰਨ ਕੇ ਆਪਣੀ ਕੁੜੀ ਦਾ ਵਿਆਹ ਸ਼ਿਵ ਨਾਲ ਕਰ ਦਿੱਤਾ। ਜੇ ਇਹ ਵਿਆਹ ਸਹੀ ਨਹੀਂ ਹੋਇਆ ਕਿਉਂਕਿ ਉਹ ਕੁਲਵਾਨ ਨਹੀਂ ਸੀ। ਸ਼ਿਵ ਦੁਨੀਆ ਤੋਂ ਵੱਖਰਾ ਮਹਾਹੰਕਾਰੀ ਹੈ ਅਤੇ ਵੀ ਉਹ ਮਾਤਾ ਪਿਤਾ ਤੋਂ ਬਿਨਾਂ ਹੈ। ਇਸ ਲਈ ਮੈਂ ਅਜਿਹੇ ਸ਼ਿਵ ਨੂੰ ਇਸ ਯੱਗ ਵਿੱਚ ਬੁਲਾਉਣ ਦੀ ਲੋੜ ਨਾ ਸਮਝਦੇ ਹੋਏ ਨਹੀਂ ਸੱਦਿਆ। ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਫਿਰ ਅਜਿਹੇ ਕਥਨ ਮੂੰਹੋਂ ਤੇ ਨਾ ਲਿਆਉਣਾ। ਹੁਣ ਇਹੀ ਠੀਕ ਹੈ ਕਿ ਤੁਸੀਂ ਸਭ ਮਿਲ ਕੇ ਮੇਰਾ ਯੱਗ ਪੂਰਾ ਕਰਕੇ ਮੈਨੂੰ ਖੁਸ਼ੀ ਦੇਵੋ। ਦਕਸ਼ ਦੇ ਅਜਿਹੇ ਹੰਕਾਰ ਭਰੇ ਕਥਨ ਸੁਣ ਕੇ ਕਿਸੇ ਨੇ ਕੋਈ ਉੱਤਰ ਨਾ ਦਿੱਤਾ। ਸਭ ਚੁੱਪ ਰਹੇ। ਉਹਨਾਂ ਦਾ ਇਹੀ ਚੁੱਪ ਰਹਿਣਾ ਸਭ ਦੇ ਲਈ ਮਹਾਪਾਪ ਹੋਇਆ ਕਿਉਂਕਿ ਸਭ ਨੇ ਆਪਣੇ ਕੰਨਾਂ ਨਾਲ ਸ਼ਿਵ ਦੀ ਬੁਰਾਈ ਸੁਣੀ। ਇਸ 'ਤੇ ਦਤੀਚੀ ਨੇ ਫਿਰ ਕਿਹਾ ਕਿ ਬਿਨਾਂ ਸ਼ਿਵ ਦੇ ਇਹ ਯੱਗ ਕਦੀ ਵੀ ਪੂਰਾ ਨਹੀਂ ਹੋ ਸਕਦਾ। ਤੁਸੀਂ ਸਭ ਧੋਖੇ ਵਿੱਚ ਹੋ ਜੋ ਇਸ ਦਾ ਅਨੁਸਰਨ ਕਰ ਰਹੇ ਹੋ। ਇਹ ਦਕਸ਼ ਬਹੁਤ ਹੀ ਅਧਰਮੀ ਅਤੇ ਮੂਰਖ ਹੈ ਜੋ ਸ਼ਿਵ ਦੀ ਬੁਰਾਈ ਕਰ ਰਿਹਾ ਹੈ। ਜੇ ਇਸ ਨੂੰ ਸ਼ਿਵ ਨੂੰ ਨਹੀਂ ਸੱਦਿਆ ਤਾਂ ਇਹ ਯੱਗ ਵੀ ਪੂਰਾ ਨਹੀਂ ਹੋਵੇਗਾ। ਜੋ ਇਸ ਯੱਗ ਵਿੱਚ ਰਹੇਗਾ ਉਹ ਵੀ ਦੁੱਖ ਦਾ ਭਾਗੀ ਹੋਵੇਗਾ। ਇਹ ਕਹਿ ਕੇ ਦਤੀਚੀ ਉਸ ਸਭਾ ਵਿੱਚ ਉੱਠ ਕੇ ਚਲੇ ਗਏ ਅਤੇ ਬਹੁਤ ਸਾਰੇ ਮੁਨੀ ਵੀ ਦੁਖੀ ਹੋ ਕੇ ਉੱਥੋਂ ਉੱਠ ਗਏ। ਇਸ ਤਰ੍ਹਾਂ ਮੁਨੀਆਂ ਨੂੰ ਆਪਣੀ ਸਭਾ ਵਿੱਚ ਜਾਂਦੇ ਹੋਏ ਦੇਖ ਕੇ ਦਕਸ਼ ਨੇ ਬਹੁਤ ਖੁਸ਼ੀ ਦਰਸਾਉਂਦੇ ਹੋਏ ਕਿਹਾ, ਇਹ ਤਾਂ ਬਹੁਤ ਚੰਗੀ ਗੱਲ ਹੋਈ। ਜੋ ਸ਼ਿਵ ਦੇ ਪ੍ਰੇਮੀ ਅਤੇ ਭਗਤ ਜੋ ਮੈਨੂੰ ਦੁੱਖ ਦਿੰਦੇ ਸਨ ਉੱਠ ਕੇ ਚਲੇ ਗਏ। ਹੁਣ ਸਭ ਮਿਲ ਕੇ ਮੇਰੇ ਇਸ ਯੱਗ ਨੂੰ ਪੂਰਾ ਕਰੋ। ਦਕਸ਼ ਦੀ ਗੱਲ ਸੁਣ ਕੇ ਯੱਗ ਦਾ ਕੰਮ ਸ਼ੁਰੂ ਹੋ ਗਿਆ। ਇਤੀ ਅਧਿਆਏ 12 ਸਮਾਪਤ।